ਜ਼ਾਲਮ ਸਹੁਰਿਆਂ ਦੇ ਵੱਲੋਂ ਆਪਣੀ ਨੂੰਹ ਦੇ ਨਾਲ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਨੇ, ਜਿਨ੍ਹਾਂ ਨੇ ਆਪਣੀ ਹੀ ਨੂੰਹ ਦੇ ਵਾਲ ਪੁੱਟ ਪੁੱਟ ਕੇ ਨੋਚ ਸੁੱਟੇ, ਉਸਦਾ ਨੱਕ ਵੜ ਦਿੱਤਾ ਤੇ ਉਸਦੇ ਗੁਪਤ ਅੰਗ ਤੇ ਵੀ ਕੈਂਚੀਆਂ ਮਾਰੀਆਂ। ਜੀ ਹਾਂ, ਇਹ ਬਿਲਕੁਲ ਸੱਚ ਹੈ ਤੇ ਇਸ ਨੂੰਹ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਆਪਣੇ ਹੀ ਸਹੁਰਿਆਂ ਤੇ, ਜਿਨ੍ਹਾਂ ਨੇ ਖੂਨੋ ਖੂਨ ਕਰਕੇ ਆਪਣੀ ਨੂੰਹ ਨੂੰ ਗਲੀ ਦੇ ਬਾਹਰ ਸੁੱਟ ਦਿੱਤਾ। ਜਦੋਂ ਇਸ ਕੁੜੀ ਦੇ ਮਾਪਿਆਂ ਨੇ ਆਪਣੀ ਧੀ ਦਾ ਹਾਲ ਦੇਖਿਆ ਤੇ ਉਹਨਾਂ ਦੀ ਰੂਹ ਤੱਕ ਕੰਬ ਗਈ। ਕੁੜੀ ਦਾ ਹਾਲ ਇੰਨਾ ਮਾੜਾ ਸੀ ਕਿ ਉਸਨੂੰ ਹਸਪਤਾਲ ਲਿਜਾਇਆ ਗਿਆ ਤੇ ਅੱਗੋਂ ਡਾਕਟਰਾਂ ਨੇ ਵੀ ਕਿਸੇ ਦੂਜੇ ਹਸਪਤਾਲ ਲਈ ਰੈਫਰ ਕਰ ਦਿੱਤਾ। ਮਾਮਲਾ ਜਲਾਲਾਬਾਦ ਦੇ ਪਿੰਡ ਜੰਡਵਾਲਾ ਦਾ ਆ, ਜਿੱਥੋਂ ਦੀ ਰਹਿਣ ਵਾਲੀ ਇੱਕ ਲੜਕੀ ਦਾ ਵਿਆਹ ਪਿੰਡ ਕਾਠਗੜ੍ਹ 'ਚ ਹੋਇਆ ਸੀ, ਜਿਸ ਦੇ ਦੋ ਬੱਚੇ ਵੀ ਨੇ ਤੇ ਉਸਦੇ ਪਤੀ ਤੇ ਸਹੁਰੇ ਵੱਲੋਂ ਉਸ ਤੋਂ ਲਗਾਤਾਰ ਦਾਜ ਦੀ ਮੰਗ ਕੀਤੀ ਜਾਂਦੀ ਸੀ ਤੇ ਇਸੇ ਦੇ ਚੱਲਦੇ ਉਸ ਨਾਲ ਕਈ ਵਾਰ ਕੁੱਟਮਾਰ ਵੀ ਕੀਤੀ ਗਈ। ਪਰ ਹੁਣ ਇੱਥੇ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ, ਜਿੱਥੇ ਪਤੀ ਤੇ ਸਹੁਰੇ ਦੇ ਵੱਲੋਂ ਇਸ ਲੜਕੀ ਦੇ ਨਾਲ ਕੁੱਟਮਾਰ ਕੀਤੀ ਗਈ, ਬਲਕਿ ਉਸਦੇ ਗੁਪਤ ਅੰਗ ਤੇ ਕੈਂਚੀਆਂ ਮਾਰੀਆਂ, ਉਸਦਾ ਨੱਕ ਵੜ ਦਿੱਤਾ, ਵਾਲ ਤੱਕ ਨੋਚ ਸੁੱਟੇ ਨੇ। ਕੁੜੀ ਦਾ ਹਾਲ ਦੇਖ ਕੇ ਮਾਪਿਆਂ ਦੇ ਹੰਝੂ ਨਹੀਂ ਰੁਕ ਰਹੇ ਸਨ, ਜਿਨ੍ਹਾਂ ਨੇ ਹੁਣ ਰੋ ਰੋ ਕੇ ਇਨਸਾਫ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਜ਼ਖਮੀ ਲੜਕੀ ਜਲਾਲਾਬਾਦ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਈ ਗਈ ਸੀ, ਜਿੱਥੇ ਉਸਨੂੰ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ ਹੈ। ਲੜਕੀ ਦੀ ਹਾਲਤ ਅਜੇ ਵੀ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਪਰਿਵਾਰ ਹੁਣ ਮੰਗ ਕਰ ਰਿਹਾ ਕਿ ਸਹੁਰਿਆਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜੋ ਹਸ਼ਰ ਉਹਨਾਂ ਦੀ ਧੀ ਦਾ ਹੋਇਆ ਹੈ, ਉਸੇ ਤਰ੍ਹਾਂ ਦੀ ਸਜ਼ਾ ਉਹਨਾਂ ਦੇ ਸਹੁਰਿਆਂ ਨੂੰ ਮਿਲਣੀ ਚਾਹੀਦੀ ਹੈ। ਮਸਲਾ ਵੀ ਅਸੀਂ ਤਾਂ ਘਰ ਸੀ ਅਤੇ ਖੇਤ ਗਏ ਹੋਏ ਸੀ ਅਤੇ ਸਹੁਰਾ ਇਹਦਾ ਗੁੜੀਆ ਦਾ ਅਤੇ ਘਰ ਵਾਲਾ ਕੁੱਟ ਮਾਰ ਕੇ ਗਲੀ 'ਚ ਸੱਟ ਕੇ ਅਤੇ ਭੱਜ ਗਏ ਨੇ। ਅਤੇ ਉਦੋਂ ਬਾਅਦ ਗੁੜੀਆ ਨੇ ਦੱਸਿਆ ਸਾਨੂੰ ਵੀ ਮੇਰੇ ਵਾਲ ਕੱਟੇ ਨੇ, ਨੱਕ ਕੱਟਿਆ ਨੇ ਅਤੇ ਪ੍ਰਾਈਵੇਟ ਪਾਰਟ 'ਤੇ ਵੀ ਕੈਂਚੀਆਂ ਮਾਰੀਆਂ ਨੇ ਅਤੇ ਅੱਗ ਵੀ ਲਾਉਂਦੇ ਸੀ, ਅੱਗ ਲਾਈ ਨੇ ਕੱਪੜਿਆਂ ਨੂੰ। ਸਾਡਾ ਪਿੰਡ ਅਰਨੀ ਵਾਲਾ, ਇਹਨਾਂ ਦਾ ਸਹੁਰਾ ਪਰਿਵਾਰ ਕਾਠਗੜ੍ਹ ਹੈ। ਸਹੁਰੇ ਦਾ ਨਾਂ ਦੇਸ ਸਿੰਘ ਹੈ ਅਤੇ ਇਹਨਾਂ ਦੇ ਘਰ ਵਾਲੇ ਦਾ ਨਾਂ ਡਾਕਟਰ ਅੰਬਰਜੀਤ ਸਿੰਘ ਵਿੱਕੀ ਹੈ। ਆਈ ਦਹੇਜ ਵੀ ਅੱਗੇ 6 ਮਹੀਨੇ ਹੋ ਗਏ ਨੇ ਦਹੇਜ ਦਿੱਤਾ ਹੈ, ਅਜੇ 2 ਦਿਨ ਪਹਿਲਾਂ ਇਹਨਾਂ ਨੂੰ 2 ਲੱਖ ਰੁਪਈਆ ਵੀ ਦਿੱਤਾ ਹੈ, ਫੜ ਫੜਾ ਕੇ ਜ਼ਮੀਨ ਗਿਆ ਨੇ ਕਰਕੇ ਥਾਂ ਥੂੰ ਲਈ ਨੇ ਅਤੇ ਅਜੇ ਹੋਰ ਮੰਗਦੇ ਸੀ ਅਤੇ ਇਸ ਕਾਰਨ ਵੀ ਕੁੱਟ ਮਾਰ ਗਏ, ਸੱਟ ਗਏ ਨੇ। ਮੇਰੀ ਇਹ ਸਿਸਟਰ ਹੈ, ਬ੍ਰਦਰ ਆ ਮੈਂ ਇਹਨਾਂ ਦਾ। ਵਿਆਹ ਹੋ ਗਏ ਨੇ 6-7 ਸਾਲ ਹੋ ਗਏ ਨੇ ਜੀ, ਅਤੇ 2 ਗੁੜੀਆ ਕੁੜੀ ਅਤੇ ਮੁੰਡਾ ਹੈ, ਬੱਚੇ ਉਹਨਾਂ ਹੀ ਰੱਖ ਲਏ ਜੀ। ਸਵਾਲ ਇਹੀ ਤਾਂ ਸਾਨੂੰ ਸਮਝ ਨਹੀਂ ਆਈ ਵੀ ਕੋਈ ਗੱਲ ਹੁੰਦੀ ਤਾਂ ਸਾਨੂੰ ਫੋਨ ਕਰੋ ਆ ਤੁਸੀਂ ਵੀ ਕੋਈ ਵੀ। ਹਾਂਜੀ, ਕੰਮ ਡਾਕਟਰ ਨੇ ਜੀ, ਪਿਓ ਪੁੱਤ ਮੁੰਡੇ ਦੀ ਲੈਬ ਹੈ ਆਦਿ, ਡਾਕਟਰੀ ਦੁਕਾਨ ਹੈ ਪਿੰਡ 'ਚ, ਡਾਕਟਰੀ ਦਾ ਕੰਮ ਕਰਦੇ ਨੇ ਪਿਓ ਪੁੱਤਰ ਦੋਨੇ ਜੀ। ਹਾਂਜੀ, ਗਲੀ 'ਚ ਸੱਟ ਕੇ ਭੱਜ ਗਏ ਨੇ ਜੀ। ਡਾਕਟਰ ਕਹਿੰਦੇ ਨੇ ਵੀ ਸਕੈਨ ਹੋਏਗੀ ਸਿਰ ਦੀ, ਵੀ ਸਿਰ 'ਚ ਵੀ ਸੱਟਾਂ ਲੱਗੀਆਂ ਹੋਈਆਂ ਨੇ, ਗੁੱਝੀਆਂ ਨੇ ਜੀ। ਹਾਂ, ਅਤੇ ਨੱਕ ਦੀ ਕਟਿੰਗ ਕੀਤੀ ਨੇ ਜੀ। ਹਾਂਜੀ, ਨੱਕ ਕੱਟਦਾ ਨੇ ਜੀ। ਮੰਗ ਇਹੀ ਜੀ, ਸਾਨੂੰ ਇਨਸਾਫ ਮਿਲਣਾ ਚਾਹੀਦਾ, ਵੀ ਪਰਚਾ ਆਉਣਾ ਚਾਹੀਦਾ ਜੀ, ਜਿਹੜੇ ਹਿਸਾਬ ਨਾਲ ਕੁੜੀਆਂ ਦੇ ਵਾਲ ਕੱਟੇ ਨੇ ਪਿੰਡੇ, ਵੀ ਪ੍ਰਾਈਵੇਟ ਪਾਰਟ 'ਤੇ ਕੈਂਚੀਆਂ ਮਾਰੀਆਂ ਨੇ ਅਤੇ ਵਾਲ ਕੱਟ ਅਤੇ ਨੱਕ ਕੱਟਤਾ ਨੇ ਅਤੇ ਪਿੰਡੇ ਅੱਗ ਲਾ ਕੇ ਸਾੜਦੇ ਸੀ, ਆ ਵੇਖੋ ਜੀ, ਅਤੇ ਪਿੰਡੇ 'ਤੇ ਵੀ ਬੈਲਟਾਂ ਨਾਲ ਬੁਰੀ ਤਰ੍ਹਾਂ ਕੁੱਟਿਆ ਹੋਇਆ। ਸਰ, ਐਕਚੁਲੀ ਆਪਣੇ ਪਿੰਡ ਦੀ ਇਹ ਬੱਚੀ ਹੈ, ਇਹਨੂੰ ਕੁੱਟਮਾਰ ਕਰਕੇ ਨਾ ਵੱਡ ਟੋਕੇ ਸੱਟ ਗਏ ਸੀ। ਮੈਨੂੰ ਘਰ ਟੈਲੀਫੋਨ ਗਿਆ ਸੀ, ਮੈਂ ਉਵੇਂ ਭੱਜ ਕੇ ਇੱਥੇ ਆਇਆ ਤਾਂ ਕੁੜੀ ਦੀ ਕਾਫੀ ਜ਼ਿਆਦਾ ਹਾਲਾਤ ਮਾੜੇ ਸੀ। ਮੈਂ ਡਾਕਟਰ ਸਾਹਿਬ ਨੂੰ ਬੁਲਾਇਆ ਅਤੇ ਇੱਕ ਇੰਜੈਕਸ਼ਨ ਲਵਾਇਆ ਸੀ। ਮੈਂ ਕਿਹਾ ਕਾਫੀ ਜ਼ਿਆਦਾ ਵੀ ਐਂ ਜਿਵੇਂ ਵੀ ਮਰਨ 'ਤੇ ਹੀ ਹੋ ਗਿਆ ਕੰਮ, ਬਾਕੀ ਹਾਲਾਤ ਤੁਹਾਡੇ ਸਾਹਮਣੇ ਨੇ। ਮੈਂ ਤਾਂ ਇਹ ਚੀਜ਼ ਦੇਖ ਕੇ ਰਹਿਣਾ ਵੀ ਐਡੋ ਘਟੀਆ ਇਨਸਾਨ ਨਹੀਂ ਹੋ ਸਕਦਾ ਜਿਹਨੇ ਬੱਚੀ ਦੇ ਵਾਲ ਹੀ ਕਟਿੰਗ ਕਰਤੇ, ਉੱਪਰੋਂ ਐਨ ਨੋਚ ਦਿੱਤਾ ਬੱਚੀ ਨੂੰ। ਐਡੋ ਕੋਈ ਘਟੀਆ ਇਨਸਾਨ ਨਹੀਂ ਹੋਏਗਾ। ਮੈਂ ਜਦੋਂ ਬੱਚੀ ਨੂੰ ਵੇਖਿਆ ਤਾਂ ਮੈਂ ਆਪ ਰੋਣ ਲੱਗ ਪਿਆ ਉੱਥੇ ਜਾ ਕੇ।
ਬੜਾ ਮਹਿਸੂਸ ਹੋਇਆ। ਬਾਕੀ ਆ ਤੁਹਾਡੇ ਸਾਹਮਣੇ ਇਹ ਬੱਚੀ ਲੜਾਈ ਬਾਈ ਜੀ, ਮੈਨੂੰ ਜਿੱਥੋਂ ਤੱਕ ਪਤਾ ਮੈਂ ਇਹ ਬੰਦੇ ਨੇ 2 ਲੱਖ ਰੁਪਈਆ ਮੇਰੇ ਕੋਲ ਕੈਸ਼ ਲੈ ਕੇ ਗਿਆ। ਮੈਨੂੰ ਇਹਨੇ ਇੱਕ ਵਾਰੀ ਪਹਿਲਾਂ ਵੀ ਦੱਸਿਆ ਸੀ, ਪਰ ਮੈਨੂੰ ਇਹਨੇ ਥੋੜ੍ਹਾ ਇਸ਼ਾਰਾ ਕਰ ਦਿੱਤਾ ਸੀ, ਕਹਿੰਦਾ ਯਾਰ ਮੈਂ ਜ਼ਰੂਰੀ ਚਾਹੀਦੇ ਨੇ, ਮੈਂ ਪੈਸੇ ਭੇਜਣੇ ਨੇ ਕਿਤੇ 2 ਲੱਖ ਰੁਪਈਆ ਲੈ ਕੇ ਗਿਆ। ਪਰ ਹੁਣ ਮੈਨੂੰ ਹੁਣ ਇਸ ਚੀਜ਼ ਦਾ ਪਤਾ ਲੱਗਦਾ ਪਿਆ, ਉਹ ਦਾਜ ਦੀ ਮੰਗ ਕਰਦੇ ਸੀ ਅਤੇ 2-3 ਵਾਰੀ ਅੱਗੇ ਵੀ ਦੇ ਚੁੱਕਣੇ, 1-1.5 ਕਿੱਲਾ ਯਾਰ ਇਹਨਾਂ ਕੋਲ ਵਿਚਾਰਿਆਂ ਕੋਲ ਪੈ ਲਈਏ, ਉਹਨਾਂ ਨੇ ਲਹੂ ਪੀ ਲਿਆ ਯਾਰ ਇਹਨਾਂ ਵਿਚਾਰਿਆਂ ਦਾ, ਬਹੁਤ ਪਰੇਸ਼ਾਨ ਕਰਕੇ ਰੱਖਤਾ ਇਹਨਾਂ ਨੂੰ। ਮਾਰਕਟ ਹੀ ਕੁੱਟਮਾਰ ਇਹਨੂੰ ਘਰੇ ਕਰਕੇ ਗਏ ਨੇ ਆਪਦੇ ਸਹੁਰੇ ਪਰਿਵਾਰ ਦੇ, ਉਦੋਂ ਮੁੜ ਕੇ ਕੁੱਟ ਕੇ ਬੱਚੀ ਨੂੰ ਘਰੇ ਬਾਹਰ ਦੇ ਮੂਹਰੇ ਸੁੱਟ ਕੇ ਚਲੇ ਗਏ। ਅਰਨੀ ਵਾਲੇ ਬਾਈ ਜੀ, ਅਰਨੀ ਵਾਲੇ ਮਾਰਕਾ ਕਟਾਈ ਜੋ ਕੁੱਟਮਾਰ ਇਹਨੂੰ ਉੱਥੇ ਕੀਤੀ ਹੈ, ਕੁੱਟ ਕੇ ਘਰੇ ਸੁੱਟ ਕੇ ਚਲੇ ਗਏ। ਇਹ ਨਹੀਂ ਮੈਂ ਦੇਖਿਆ ਜੀ, ਬਾਕੀ ਜੋ ਉੱਥੇ ਮੌਜੂਦ ਸੀ ਬੰਦੇ ਸਹੁਰਾ ਪਰਿਵਾਰ ਅਤੇ ਨਾਲ ਉਹਨਾਂ ਦੇ ਕੋਈ ਘਰ ਦੇ ਸੀਗੇ। ਗੁੱਡੀ ਹੋ ਗਏ 6-7 ਸਾਲ ਹੋ ਹੀ ਗਏ, ਮਸਲਾ ਲੜਾਈ ਹੈ, ਦਾਜ ਦਈ ਅੱਗੇ ਇੱਕ ਵਾਰੀ ਦਿੱਤਾ ਜੀ, ਅਤੇ ਹੁਣ ਦੁਬਾਰਾ ਫਿਰ ਦੇ ਹੈ, ਅਤੇ ਹੁਣ ਥਾਂ ਥੂੰ ਲਈ ਨੇ, ਅਤੇ ਹੁਣ ਫਿਰ ਰੋਲਾ ਪਾ ਲਿਆ ਨੇ ਕਿ 2 ਲੱਖ ਰੁਪਈਆ ਚਾਹੀਦਾ, ਉਹ ਵੀ ਦੇ ਦਿੱਤਾ ਹੈ, ਅਤੇ ਫਿਰ ਵੀ ਹੁਣ ਅਜੇ ਕੁੱਟ ਮਾਰ ਗੁੱਡੀ ਫਿਰ ਸੈੱਟ ਕਰ। ਹੋ ਗਏ ਨੇ 7-8 ਸਾਲ ਹੋ ਗਏ ਨੇ ਤਾਜੇ ਨਾਲ, ਬੱਚੇ ਕੁੜੀ ਮੁੰਡਾ ਹੈਗਾ। ਮੰਗ ਬਸ ਦਾਜ ਦੀ, ਅਸੀਂ ਮੰਗਦੇ ਤਾਂ ਵੀ ਉਹਨੂੰ ਸਜ਼ਾ ਦਿੱਤੀ ਜਾਵੇ ਸਾਰੇ ਪਰਿਵਾਰ ਨੂੰ, ਉਹਨਾਂ ਦੀ ਕੁੜੀ ਨੂੰ ਵੀ, ਅਤੇ ਦੇਵ ਸਿੰਘ ਨੂੰ ਵੀ, ਅਤੇ ਪ੍ਰਾਹੁਣੇ ਨੂੰ ਵੀ, ਵੀ ਇੰਨਾ ਮਾਰਕੁੱਟ ਕੀਤੀ ਨੇ, ਮਾਰ ਕੇ ਸਾਹਿਬ ਨਾਲ ਸਿੱਟ ਹੀ ਗਏ ਨੇ ਸਾਡੇ ਪੰਥਾਂ ਨੂੰ। ਦੱਸਾਂ ਗੱਲ ਕੀ, ਧੀਆਂ ਨੂੰ ਭੁੱਖ 'ਚ ਮਰਨ ਦਾ ਲੋਕ ਫੈਸਲਾ ਕਿਉਂ ਲੈ ਰਹੇ ਨੇ? ਇਹੋ ਗੱਲਾਂ ਤੋਂ ਡਰਦੇ ਮਾਰੇ ਧੀਆਂ ਦਾ ਇਹ ਕਦਮ ਚੱਕਦੇ ਆ। ਇਹ ਚੀਜ਼ਾਂ ਦੇਸ਼ ਤੋਂ ਲੋਕ ਬਚਾ ਹੋ ਜਾਵੇ, ਇਹ ਚੀਜ਼ਾਂ ਖਤਮ ਹੋ ਜਾਣ ਅਤੇ ਧੀਆਂ ਦਾ ਮਾਣ ਸਨਮਾਨ ਵੱਧ ਜਾਵੇ। ਇਹ ਧੀ ਸਾਡੇ ਹੱਥਾਂ ਦੇ ਵਿੱਚ ਪਲੀ ਹੈ, ਇੱਕ ਇਹਨਾਂ ਦੀਆਂ 3 ਬੇਟੀਆਂ ਨੇ, ਜੀਤ ਸਿੰਘ ਸਾਡੇ ਪਿੰਡ ਦੇ ਨਿਵਾਸੀ ਨੇ, ਆ ਜਾ ਮੇਰੇ ਕੋਲ, ਇਹਨਾਂ ਦੀ ਬੇਟੀ ਹੈ, 3 ਬੇਟੀਆਂ ਨੇ, 1 ਬੇਟਾ ਇਹਨਾਂ ਦਾ, ਅਤੇ ਇੰਨੇ ਹੀ ਨਏ ਨੇਕ ਪਰਿਵਾਰ ਦੇ, ਆਪ ਵੀ ਨੇਕ ਪਰਿਵਾਰ ਦੇ ਨੇ ਉੱਥੋਂ ਪਿੰਡੋਂ। ਅਗਾਂਹ ਅਲੱਗ ਅਲੱਗ ਸਹੁਰਾ ਪਰਿਵਾਰ ਜਿਸ ਤਰ੍ਹਾਂ ਮਿਲ ਗਏ, ਇਹ ਪਤਾ ਨਹੀਂ ਹੁੰਦਾ ਧੀ ਦੇ ਮੁਕੱਦਰ ਕਿੱਥੇ ਜਾ ਕੇ ਖੜ੍ਹੇ ਹੋਣੇ ਆ। ਉਹਨਾਂ ਦੋਨਾਂ ਧੀਆਂ ਨੂੰ ਜ਼ਿਆਦਾ ਇਹਨੂੰ ਦਹੇਜ ਵੀ ਦਿੱਤਾ, ਉਹਨਾਂ ਕੁੜੀ ਨੂੰ ਇਹਦੀ ਸਪੋਰਟ ਵੀ ਜ਼ਿਆਦਾ ਕੀਤੀ, ਫਿਰ ਵੀ ਇਹਦੇ ਨਾਲ ਉਹ ਦੂਜੀਆਂ 2 ਕੁੜੀਆਂ ਨਾਲ ਜ਼ਿਆਦਾ ਇਹਦਾ ਬੁਰਾ ਹਾਲਾਤ ਅੱਜ ਤੱਕ ਹੋ ਰਹੇ ਨੇ। ਇਹ ਕਈ ਵਾਰੀ ਆ ਕੇ ਸਾਡੇ ਕੋਲ ਬੈਠਦਾ, ਅਸੀਂ ਬੈਠੇ ਹੁੰਦੇ ਹਾਂ, ਆ ਕੇ ਮਹਿਸੂਸ ਵੀ ਕਰਦਾ ਮੇਰੀ ਵਿਚਾਲੇ ਵਾਲੀ ਕੁੜੀ ਪਰੇਸ਼ਾਨ ਹੈ, ਉਹਨੂੰ ਪਰੇਸ਼ਾਨ ਲੋਕ ਬਹੁਤ ਘਾਟ ਘਾਟ ਲੈ ਕਰਦੇ ਨੇ, ਵੀ ਉਹ ਇਹ ਡਾਕਟਰੀ ਦਾ ਕੰਮ ਕਰਦਾ ਪਿਓ ਪੁੱਤਰ, ਇਹਨਾਂ ਦੀ ਮਾਤਾ ਤਾਂ ਕਹਿੰਦੇ ਵਿਆਸ ਗਈ। ਰੱਬ ਨੂੰ ਮੰਨਣ ਵਾਲਾ ਬੰਦਾ ਹੋਵੇ ਤਾਂ ਇਹੋ ਜਿਹੀ ਕਰਤੂਤ ਕਰੇ ਤਾਂ 1 ਲੱਖ ਲਾਉਣ 'ਤੇ ਮੈਂ ਤਾਂ ਕਹਿੰਦਾ ਇਹੋ ਜਿਹੇ ਬੰਦਿਆਂ ਨੂੰ। ਮੰਨ ਲਓ ਹੁਣ ਕੁੜੀ ਦਾ ਸਿਰ ਦੇ ਵਾਲ ਕੱਟੇ, ਕੰਨ ਕੱਟਿਆ, ਨੱਕ ਕੱਟਿਆ, ਸਰੀਰ 'ਤੇ ਕੈਂਚੀਆਂ ਮਾਰੀਆਂ, ਅੱਗ ਲੈਟਰ ਨਾਲ ਲਾ ਕੇ ਕੱਪੜੇ ਸਾੜਨ ਲੱਗੇ, ਪ੍ਰਾਈਵੇਟ ਪਾਰਟ ਦੇ ਉਹਨੇ ਕੈਂਚੀਆਂ ਮਾਰੀਆਂ, ਕੋਈ ਕਰਤੂਤਰ ਇਹਨਾਂ ਨੂੰ, ਇਸ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਕਾਨੂੰਨ ਰਾਹੀਂ ਮਿਲਣੀ ਚਾਹੀਦੀ ਹੈ। ਅਸੀਂ ਪੰਚਾਇਤ ਵੀ ਇਹਨਾਂ ਦੇ ਨਾਲ ਹਾਂ, ਅਤੇ ਨਗਰ ਨਿਵਾਸੀ ਸਾਰੇ ਤੁਹਾਡੇ ਮੀਡੀਆ ਰਾਹੀਂ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਇਹਨਾਂ ਨੂੰ ਜੋ ਕਾਨੂੰਨੀ ਕਾਰਵਾਈ ਬਣਦੀ, ਪਿਓ ਪੁੱਤਾਂ ਨੂੰ, ਜੋ ਇਹਨਾਂ ਦਾ ਕੋਈ ਹੋਰ ਪਰਿਵਾਰ ਵੀ ਨਾਲ ਸੀ, ਭੈਣ ਸੀ, ਭਣਵਈਆ ਸੀ ਜਾਂ ਕੁਛ ਵੀ ਸੀ ਨਾਲ, ਉਹਨਾਂ ਨੂੰ ਵੀ ਨਾਲ ਬਰਾਬਰ ਸਜ਼ਾ ਮਿਲਣੀ ਚਾਹੀਦੀ।